ਨਾਮ ਇੰਦਰ ਗੋਲਡੀ ਇੰਦਰ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਐਂਡ ਥੈਂਕ ਯੂ ਉਹਨਾਂ ਦਾ ਜੀ ਜਿਨ੍ਹਾਂ ਨੇ ਆਲਰੇਡੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ ਨਹੀਂ ਕੀਤਾ ਪਲੀਜ਼ ਇਸ ਵੀਡੀਓ ਤੇ ਨਵੇਂ ਨੇ ਤੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਵੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਅੱਗੇ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਸ ਐਂਡ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਕਾਟਨ ਦੇ ਸੂਟਸ ਦਿਖਾਉਂਗੀ ਜੀ ਜਿਨ੍ਹਾਂ ਦੇ ਉੱਤੇ ਅਸੀਂ ਲੈਸਿਸ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਜਿਹੜੇ ਅਸੀਂ ਡਿਜ਼ਾਈਨ ਕੀਤੇ ਹੋਏ ਤੁਸੀਂ ਸੇਮ ਡਿਜ਼ਾਈਨ ਵੀ ਕਰ ਸਕਦੇ ਹੋ ਜੇ ਤੁਸੀਂ ਆਪਣਾ ਕੋਈ ਸਟੱਫ ਭੇਜ ਕੇ ਸਾਡੇ ਤੋਂ ਆਪਣੀ ਸੇਮ ਡਿਜ਼ਾਈਨਿੰਗ ਲੈਣਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ ਜੇ ਤੁਸੀਂ ਕੁਝ ਹੋਰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਵਟਸਐਪ ਤੇ ਆਪਣਾ ਡਿਜ਼ਾਈਨ ਭੇਜ ਕੇ ਸਾਡੇ ਤੋਂ ਸੇਮ ਬਣਵਾ ਸਕਦੇ ਹੋ ਤੇ ਜਿਹੜਾ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰਨ ਲਈ ਨੰਬਰ ਹੈ ਜੀ ਉਹ ਸਾਡਾ ਆਲਵੇਜ਼ ਸਕਰੀਨ ਦੇ ਉੱਤੇ ਪਿੰਨ ਹੁੰਦਾ ਆ ਤੁਸੀਂ ਉੱਥੋਂ ਜਾ ਕੇ ਪਿੱਕ ਕਰ ਸਕਦੇ ਹੋ ਤੇ ਸਾਡੇ ਨਾਲ ਗੱਲ ਕਰ ਸਕਦੇ ਹੋ। ਹਾਂਜੀ ਇਸ ਵੀਡੀਓ ਦਾ ਜਿਹੜਾ ਪਹਿਲਾ ਸੂਟ ਹੈ ਜੀ ਇਹ ਵੀ ਸਾਰਾ ਅਸੀਂ ਲੈਸਿਸ ਦੇ ਨਾਲ ਤਿਆਰ ਕੀਤਾ ਕਿਉਂਕਿ ਨਾ ਲੈਸਿਸ ਦੇ ਨਾਲ ਅਸੀਂ ਹੁਣ ਜਿਹੜਾ ਕਾਟਨ ਦਾ ਸਟੱਫ ਸੀਗਾ ਉਹ ਅਸੀਂ ਲੈਸਿਸ ਦੇ ਨਾਲ ਹੀ ਤਿਆਰ ਕਰ ਰਹੇ ਸੀ ਕਿਉਂਕਿ ਸਮਰ ਸੀਗਾ ਇਸ ਕਰਕੇ ਜੀ ਬਹੁਤ ਜਣਿਆਂ ਨੇ ਇੱਦਾਂ ਸਟਿਚਿੰਗ ਲਈ ਆ ਤਾਂ ਇਹਨੂੰ ਜਿਹੜਾ ਅਸੀਂ ਤਿਆਰ ਕੀਤਾ ਹੋਇਆ ਇਹਨੂੰ ਅਸੀਂ ਬਣਾਇਆ ਹੋਇਆ ਕਿ ਜਿਵੇਂ ਆਪਾਂ ਨਹੀਂ ਟੋਪ ਟਾਈਪ ਬਣਾ ਲੈਂਦੇ ਜਿਵੇਂ ਸ਼ਰਟ ਹੁੰਦੀ ਆ ਇੱਦਾਂ ਦੇ ਨੈੱਕ ਦੇ ਨਾਲ ਜਿਵੇਂ ਆਪਾਂ ਜ਼ੀਰੋ ਕਹਿ ਦਿੰਦੇ ਹਾਂ ਜਸਟ ਇੱਕ ਮਾੜੀ ਮੋਟੀ ਕਾਟ ਹੀ ਪਾਈ ਹੁੰਦੀ ਹੈ ਇੱਦਾਂ ਕੁੜਤੇ ਟਾਈਪ ਬਣਾਇਆ ਹੋਇਆ ਇਹ ਅਤੇ ਆਹ ਦੇਖੋ ਇਹਦਾ ਨੈੱਕ ਬਹੁਤ ਪਿਆਰਾ ਬਣਿਆ ਹੋਇਆ ਨੈੱਕ ਨੂੰ ਅਸੀਂ ਇੱਦਾਂ ਡਿਜ਼ਾਈਨ ਕੀਤਾ ਇੱਦਾਂ ਫੱਟੀ ਕੱਢ ਕੇ ਨਾ ਇੱਥੇ ਇਹਨੂੰ ਆਪਾਂ ਪਹਿਲਾਂ ਫੱਟੀ ਕਹਿ ਦਿੰਦੇ ਸੀ ਹੁਣ ਆਪਾਂ ਪੱਟੀ ਕਹਿ ਦਿੰਦੇ ਹਾਂ ਇੱਦਾਂ ਇੱਥੇ ਲਾਈ ਹੋਈ ਹੈ ਅਤੇ ਨੈੱਕ ਦੇ ਉੱਪਰ ਇੱਦਾਂ ਕਰੋਸ਼ੇਟ ਦੀ ਜਿਹੜੀ ਲੈਸ ਲਾਈ ਹੋਈ ਹੈ ਇਹ ਨਾ ਕਸਟਮਰ ਦੇ ਤਿੰਨ ਕਮੀਜ਼ ਨੇ ਜੀ ਤਿੰਨਾਂ ਦੇ ਨਾਲ ਇੱਕ ਬੋਟਮ ਬਣੀ ਹੋਈ ਹੈ ਅਤੇ ਦੋ ਜਿਹੜੇ ਆ ਬਣੇ ਹੋਏ ਦੁਪੱਟੇ ਮੈਂ ਤੁਹਾਨੂੰ ਸਾਰੇ ਸ਼ੋਅ ਕਰੂੰਗੀ ਆਹ ਦੇਖੋ ਇੱਦਾਂ ਬਹੁਤ ਪਿਆਰੀ ਚੀਜ਼ ਬਣੀ ਹੋਈ ਆ ਇੱਥੇ ਅਸੀਂ ਵਾਈਟ ਕਲਰ ਦਾ ਕੱਪੜਾ ਲਗਾਇਆ ਬਾਕੀ ਇਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਅਸੀਂ ਲੈਸਿਸ ਯੂਜ਼ ਕੀਤੀਆਂ ਇੱਕ ਤਾਂ ਕਰੋਸ਼ੀਟ ਵਾਲੀ ਕੀਤੀ ਹੈ ਇੱਥੇ ਇੱਕ ਨੈੱਟ ਦੇ ਉੱਤੇ ਜਿਵੇਂ ਆਪਾਂ ਸਿੱਪੀਆਂ ਦੀ ਬਣੀ ਹੋਈ ਲੈਸ ਉਹ ਯੂਜ਼ ਕੀਤੀ ਹੈ ਇੱਕ ਐਡ ਲੈਸ ਯੂਜ਼ ਕੀਤੀ ਹੈ ਉਹ ਜਸਟ ਅਸੀਂ ਉੱਪਰ ਹੀ ਰੱਖੀ ਹੋਈ ਆ ਜਿਹੜੀ ਕਿ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ ਜਦੋਂ ਆਪਾਂ ਕੁੜਤਾ ਸਟਾਈਲ ਬਣਾਉਂਦੇ ਹਾਂ ਜੀ ਉਦੋਂ ਇੱਦਾਂ ਦੀਆਂ ਚੀਜ਼ਾਂ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਅਤੇ ਇਹਦੀ ਜਿਹੜੀ ਬਾਂਹ ਬਣਾਈ ਹੋਈ ਆ ਦੇਖੋ ਬਾਂਹ ਇੱਦਾਂ ਕੱਟ ਪਾ ਕੇ ਅਤੇ ਇਹਦੇ ਵਿੱਚ ਅਸੀਂ ਇੱਦਾਂ ਐਡ ਕਰ ਦਿੱਤਾ ਬਹੁਤ ਪਿਆਰੀ ਚੀਜ਼ ਬਣੀ ਹੋਈ ਆ ਜਦੋਂ ਆਪਾਂ ਕੁੜਤਾ ਸਟਾਈਲ ਪਾਉਂਦੇ ਹਾਂ ਇਹਦੇ ਨਾਲ ਤੁਸੀਂ ਪਲਾਜ਼ੋ ਵੀ ਬਣਵਾ ਸਕਦੇ ਹੋ ਇਹਦੇ ਨਾਲ ਤੁਸੀਂ ਜੇ ਪਜਾਮੀ ਪਾਉਣਾ ਚਾਹੁੰਦੇ ਹੋ ਕਈ ਪਜਾਮੀ ਲਾਈਕ ਕਰਦੇ ਆ ਲੇਕਰਾ ਵਗੈਰਾ ਦੀ ਉਹ ਵੀ ਲੈ ਸਕਦੇ ਹੋ ਜਿਵੇਂ ਮਰਜ਼ੀ ਤੁਸੀਂ ਬਣਵਾ ਸਕਦੇ ਹੋ ਅਤੇ ਇਹਨੂੰ ਇੱਦਾਂ ਬਾਂਹ ਨੂੰ ਡਿਜ਼ਾਈਨ ਕੀਤਾ ਹੋਇਆ ਅੰਬਰੇਲਾ ਕੱਟ ਬਣਾ ਕੇ ਅਤੇ ਇੱਦਾਂ ਦੇਖੋ ਲੇਸਿਸ ਦੇ ਨਾਲ ਇੱਦਾਂ ਡਿਜ਼ਾਈਨ ਕੀਤਾ ਹੋਇਆ ਜਿਹੜੀ ਕਿ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ ਅਤੇ ਇਹਦੇ ਨਾਲ ਜਿਹੜੀ ਬੋਟਮ ਅਸੀਂ ਡਿਜ਼ਾਈਨ ਕੀਤੀ ਹੋਈ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤਿੰਨ ਸ਼ਰਟਾਂ ਦੇ ਨਾਲ ਅਸੀਂ ਇੱਕ ਬੋਟਮ ਤਿਆਰ ਕੀਤੀ ਹੈ ਅਤੇ ਦੋ ਦੁਪੱਟੇ ਤਿਆਰ ਕੀਤੇ ਆ ਆਹ ਦੇਖੋ ਇਹਦੇ ਵਿੱਚ ਵੀ ਅਸੀਂ ਜਿਹੜੀ ਲੇਸਿਸ ਲਗਾਈਆਂ ਨੀਚੇ ਨੀਚੇ ਤਾਂ ਅਸੀਂ ਇੱਦਾਂ ਆਹ ਵਾਲੀ ਲੇਸਿਸ ਲਗਾਈ ਹੋਈ ਆ ਅਤੇ ਇਹਦੇ ਵਿੱਚ ਇੱਦਾਂ ਪਿੰਟੈਕਸ ਪਾਏ ਹੋਏ ਆ ਬੋਟਮ ਦੇ ਵਿੱਚ ਇੱਦਾਂ ਪਿੰਟੈਕਸ ਪਾ ਕੇ ਅਤੇ ਆਹ ਜਿਹੜੀ ਅਸੀਂ ਯੂਜ਼ ਕੀਤੀ ਹੋਈ ਹੈ ਜੀ ਔਰਗੈਂਜ਼ਾ ਅਤੇ ਅੱਜ ਕੱਲ੍ਹ ਬਹੁਤ ਚੱਲੀਆਂ ਨੇ ਇਹਦੇ ਵਿੱਚ ਕਲਰਫੁੱਲ ਵੀ ਆਉਂਦੀਆਂ ਨੇ ਟਾਈ ਡਾਈ ਵੀ ਕਰਕੇ ਆਉਂਦੀ ਆ ਬਹੁਤ ਜ਼ਿਆਦਾ ਪਿਆਰੀ ਲੱਗਦੀ ਆ ਅਤੇ ਇੱਦਾਂ ਅਸੀਂ ਇਹਦੀ ਬੋਟਮ ਤਿਆਰ ਕੀਤੀ ਹੋਈ ਆ ਅਤੇ ਜਿਹੜੇ ਇਹਦੇ ਚੌਕ ਤਿਆਰ ਕੀਤੇ ਹੋਏ ਆ ਸ਼ਰਟ ਦੇ ਅਸੀਂ ਘੇਰੇ 'ਤੇ ਨਹੀਂ ਲੈਸ ਲਗਾਈ ਫਰੰਟ ਬੈਕ ਕਰੋਸ਼ੇਟ ਦੀ ਜਿਹੜੀ ਲੈਸ ਆ ਅਸੀਂ ਇਹ ਚੌਕਾਂ ਚੌਕਾਂ 'ਤੇ ਯੂਜ਼ ਕੀਤੀ ਆ ਅਤੇ ਬੈਕ ਹੈਗੀ ਇਹਦੀ ਪਲੇਨ ਬੈਕ 'ਤੇ ਅਸੀਂ ਕੁਛ ਨਹੀਂ ਕੀਤਾ ਬਸ ਇੱਦਾਂ ਨੈੱਕ ਬਣਾਇਆ ਹੋਇਆ ਇਹਨੂੰ ਕੁੜਤਾ ਸਟਾਈਲ ਦਿੱਤਾ ਹੋਇਆ ਸੀ ਤਾਂ ਕਰਕੇ ਅਸੀਂ ਨੈੱਕ ਆ ਜਿਹੜਾ ਬਿਲਕੁਲ ਛੋਟਾ ਬਣਾਇਆ ਹੋਇਆ ਤਾਂ ਇਹ ਬਹੁਤ ਪਿਆਰਾ ਲੱਗ ਰਿਹਾ ਜੀ ਇੱਕ ਪੀਸ ਇਹਦੇ ਨਾਲ ਐਵੇਂ ਬਣਿਆ ਹੋਇਆ ਅਤੇ ਇਹਦੇ ਨਾਲ ਜਿਹੜਾ ਇੱਕ ਦੁਪੱਟਾ ਬਣਿਆ ਹੋਇਆ ਇੱਦਾਂ ਅਸੀਂ ਟਾਈ ਡਾਈ ਕੀਤਾ ਹੋਇਆ ਵਾਈਟ ਦੇ ਨਾਲ ਆਹ ਦੇਖੋ ਇਹ ਮਸਲੀਨ ਦਾ ਦੁਪੱਟਾ ਹੈ ਜੀ ਜਿਵੇਂ ਅੱਜ ਮਸਲੀਨ ਦੇ ਚੱਲੇ ਆ ਨਾ ਚੈੱਕ ਦੇ ਵਿੱਚ ਚੱਲੇ ਆ ਲਾਈਨਿੰਗ ਦੇ ਵਿੱਚ ਚੱਲੇ ਆ ਉਵੇਂ ਅਤੇ ਇਹਦੇ ਵਿੱਚ ਵੀ ਜਿਹੜੀ ਅਸੀਂ ਵਾਈਟ ਕਲਰ ਦੀ ਜਿਹੜੀ ਲੈਸ ਹੈ ਇੱਦਾਂ ਯੂਜ਼ ਕੀਤੀ ਹੋਈ ਆ ਕਾਟਨ ਦੀ ਹੋਈ ਜਿਹੜੀ ਕਿ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ ਕਿਉਂਕਿ ਜਦੋਂ ਆਪਾਂ ਨੂੰ ਇੱਦਾਂ ਹੁੰਦਾ ਕਿ ਇੱਕ ਇੱਕ ਚੀਜ਼ ਦੇ ਨਾਲ ਆਪਾਂ ਦੋ ਤਿੰਨ ਚੀਜ਼ਾਂ ਕਿਵੇਂ ਰੈਡੀ ਕਰ ਸਕਦੇ ਹਾਂ ਜਦੋਂ ਆਪਣੇ ਕੋਲ ਪ੍ਰਿੰਟ ਸਾਰੇ ਇੱਕੋ ਜਿਹੇ ਨੇ ਅਤੇ ਉਹਦੇ ਨਾਲ ਵਾਈਟ ਬੋਟਮ ਤਿਆਰ ਹੋ ਸਕਦੀ ਹੈ ਤਾਂ ਤੁਸੀਂ ਇੱਦਾਂ ਇੱਕ ਬੋਟਮ ਲੈ ਕੇ ਤਾਂ ਸ਼ਰਟਾਂ ਤੁਸੀਂ ਇੱਦਾਂ ਤਿਆਰ ਕਰਵਾ ਸਕਦੇ ਹੋ ਆਪਣੀਆਂ ਜਿਹੜਾ ਨੈਕਸਟ ਸੂਟ ਹੈ ਜੀ ਨੈਕਸਟ ਸੂਟ ਨਹੀਂ ਮੀਨਸ ਜਿਹੜੀ ਸ਼ਰਟ ਹੈ
ਉਹਦੀ ਅਸੀਂ ਜਿਹੜੀ ਨੈੱਕ ਬਣਾਈ ਹੋਈ ਆ ਇੱਦਾਂ ਬੈਨ ਵਾਲੀ ਬਣਾਈ ਹੋਈ ਆ। ਆਹ ਦੇਖੋ ਇੱਦਾਂ ਇਹਦੇ ਵਿੱਚ ਵੀ ਅਸੀਂ ਛੋਟੇ ਛੋਟੇ ਇੱਦਾਂ ਪਿੰਟੈਕਸ ਪਾ ਕੇ ਅਤੇ ਇਹਨੂੰ ਬੈਨ ਕੀਤਾ ਹੋਇਆ। ਆਹ ਦੇਖੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਦਾ ਹੋਣਾ ਕਿਉਂਕਿ ਪ੍ਰਿੰਟਡ ਹੈ ਨਾ ਅਤੇ ਇੰਨਾ ਪਤਾ ਨਹੀਂ ਲੱਗਦਾ। ਤਾਂ ਆਹ ਦੇਖੋ ਬਿਲਕੁਲ ਐਵੇਂ ਛੋਟੇ ਛੋਟੇ ਪਿੰਟੈਕਸ ਪਾ ਕੇ ਅਤੇ ਅਸੀਂ ਨਾਲ ਨਾਲ ਹੀ ਐਡ ਕੀਤੀ ਹੋਈ ਆ ਲੈਸ। ਆਹ ਦੇਖੋ ਬੈਕ 'ਤੇ ਵੀ ਇੱਦਾਂ ਹੀ ਜਾਂਦੀ ਹੈ ਇਹਦੇ ਅਤੇ ਇੱਥੇ ਵੀ ਇੱਦਾਂ ਹੀ ਆ। ਇੱਦਾਂ ਦੇ ਡਿਜ਼ਾਇਨ ਬਹੁਤ ਪਿਆਰੇ ਲੱਗਦੇ ਜਿਵੇਂ ਆਪਾਂ ਆਫਿਸ ਲਈ ਹੈ ਨਾ ਯੂਜ਼ ਕਰਨੇ ਆ ਜਾਂ ਕੋਈ ਆਪਾਂ ਸਕੂਲ ਜਾਂਦੇ ਹਾਂ ਜਾਂ ਆਫਿਸ ਜਾਂਦੇ ਹਾਂ ਜਾਂ ਮਾਰਕੀਟ ਵਗੈਰਾ ਜਾਣਾ, ਉਹਨਾਂ ਲਈ ਇਹ ਕੁੜਤੇ ਬਹੁਤ ਜ਼ਿਆਦਾ ਪਿਆਰੇ ਲੱਗਦੇ ਨੇ। ਅਤੇ ਇੱਕ ਥਿੰਗ ਨਾਲ ਕਿੰਨੀਆਂ ਹੀ ਚੀਜ਼ਾਂ ਕੈਰੀ ਹੋ ਜਾਂਦੀਆਂ। ਜਿਵੇਂ ਮੈਂ ਪਹਿਲਾਂ ਕੁੜਤਾ ਦਿਖਾਇਆ ਤੁਹਾਨੂੰ ਉਹਦੇ ਵਿੱਚ ਵੀ ਵਾਈਟ ਸੀਗਾ, ਇਹਦੇ ਵਿੱਚ ਵੀ ਵਾਈਟ ਹੈ ਜੀ। ਅਤੇ ਇਸ ਕਰਕੇ ਇਹਨਾਂ ਦੇ ਨਾਲ ਬੋਟਮ ਇੱਕ ਹੀ ਤਿਆਰ ਹੋਈ ਆ, ਦੁਪੱਟੇ ਦੋ ਤਿਆਰ ਹੋਏ ਆ। ਜਿਹੜਾ ਹੁਣ ਮੈਂ ਤੁਹਾਨੂੰ ਦੁਪੱਟਾ ਦਿਖਾਉਂਗੀ ਉਹ ਇਹਦੇ ਨਾਲ ਵੀ ਕੈਰੀ ਹੋ ਸਕਦਾ। ਇੱਕ ਸ਼ਰਟ ਉਹਨਾਂ ਨੇ ਹੋਰ ਤਿਆਰ ਕਰਵਾਈ ਆ ਉਹ ਸੇਮ ਪ੍ਰਿੰਟ ਦੀ, ਉਹਦੇ ਨਾਲ ਵੀ ਹੋ ਸਕਦਾ। ਅਤੇ ਆਹ ਦੇਖੋ ਇਹਦੇ ਵਿੱਚ ਅਸੀਂ ਜਿਹੜੀ ਲੈਸ ਕੀਤੀ ਹੈ ਐਡ ਕੀਤੀ ਹੈ ਇੱਥੇ ਬਾਹਾਂ 'ਤੇ, ਅਤੇ ਇਹਨੂੰ ਵੀ ਜਿਹੜਾ ਅਸੀਂ ਬਣਾਇਆ ਹੋਇਆ ਇੱਦਾਂ ਹੀ ਅੰਬਰੇਲਾ ਕੱਟ ਬਣਾਇਆ ਹੋਇਆ, ਅਤੇ ਇਹਦੇ ਵਿੱਚ ਨੀਚੇ ਨੀਚੇ ਆਹ ਲੈਸ ਐਡ ਕੀਤੀ ਹੋਈ ਆ, ਜਿਵੇਂ ਇੱਕ ਗਰਲਿਸ਼ ਲੁੱਕ ਦਿੱਤੀ ਹੋਈ ਹੈ ਇਹਨੂੰ, ਕਿ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ। ਸਿੰਪਲ ਅਤੇ ਸੋਬਰ ਵੀ ਆ ਪਰ ਇੱਦਾਂ ਕੁੜਤੇ ਸਟਾਈਲ ਦੇ ਨਾਲ ਇੱਦਾਂ ਬੁਟੀਕ ਸਟਾਈਲ ਬਣਿਆ ਹੋਇਆ। ਅਤੇ ਆਹ ਦੇਖੋ ਜੀ ਇੱਦਾਂ ਇੱਥੇ ਵੀ ਚੌਕਾਂ 'ਤੇ ਲੈਸ ਐਡ ਹੋਈ ਹੋਈ ਹੈ ਇੱਥੇ ਦੋਨੇ ਪਾਸੇ, ਅਤੇ ਇੱਥੇ ਜਿਹੜੀ ਅਸੀਂ ਐਡ ਕੀਤੀ ਹੈ ਲੈਸ, ਆਹ ਦੇਖੋ ਇੱਕ ਸਾਈਡ ਤੋਂ ਇੱਦਾਂ ਨੀਚੋਂ ਐਡ ਕੀਤੀ ਹੈ ਅਤੇ ਉੱਪਰੋਂ ਸਿਰਫ ਆਹ ਦਿਖ ਰਿਹਾ ਇਹਦਾ, ਨੀਚੋਂ ਇਹ ਲੈਸ ਇੱਦਾਂ ਦੀ ਹੈ ਜੀ। ਅਤੇ ਸਿਰਫ ਇਹਦੇ ਵਿੱਚੋਂ ਇਹ ਤੁਸੀਂ ਉੱਪਰ ਰੱਖ ਕੇ ਵੀ ਕਰ ਸਕਦੇ ਹੋ, ਜੇ ਤੁਸੀਂ ਕਰਵਾਉਣਾ ਚਾਹੋ ਤਾਂ ਉੱਪਰ ਰੱਖ ਕੇ ਵੀ ਇਹ ਲੈਸ ਲੱਗ ਸਕਦੀ ਹੈ, ਬਟ ਅਸੀਂ ਐਡ ਕੀਤੀ ਹੋਈ ਹੈ ਇਸ ਕਰਕੇ ਅਸੀਂ ਇਹਨੂੰ ਐਵੇਂ ਯੂਜ਼ ਕੀਤਾ ਹੋਇਆ। ਅਤੇ ਤੁਸੀਂ ਉੱਪਰ ਵੀ ਯੂਜ਼ ਕਰ ਸਕਦੇ ਹੋ। ਅਤੇ ਇਹਦੇ ਨਾਲ ਵੀ ਆਹੀ ਬੋਟਮ ਯੂਜ਼ ਹੋਊਗੀ ਵਾਈਟ ਕਲਰ ਦੀ, ਇਹ ਸੇਮ ਬੋਟਮ ਇਹਦੇ ਨਾਲ ਵਾਈਟ ਕਲਰ ਦੀ ਯੂਜ਼ ਹੋਊਗੀ ਜਿਵੇਂ ਅਸੀਂ ਉਹਨੂੰ ਡਿਜ਼ਾਇਨ ਕੀਤਾ ਹੋਇਆ। ਅਤੇ ਇਹਦਾ ਜਿਹੜਾ ਦੁਪੱਟਾ ਹੈ, ਇਹਦਾ ਦੁਪੱਟਾ ਹੈਗਾ ਕੋਟੇ ਦਾ, ਇਹਦੇ ਵਿੱਚ ਆਹ ਦੇਖੋ ਅਸੀਂ ਕਲਰ ਪਾਏ ਹੋਏ ਆ। ਇੱਦਾਂ ਔਕਵਰਡ ਨਹੀਂ ਲੱਗਦਾ ਜੀ, ਤੁਸੀਂ ਇਹ ਦੁਪੱਟਾ ਮੈਂ ਤੁਹਾਨੂੰ ਇਹਦੇ ਨਾਲ ਵੀ ਲਾ ਕੇ ਦਿਖਾਉਂਗੀ ਅਤੇ ਦੂਸਰੇ ਦੇ ਨਾਲ ਵੀ ਲਾ ਕੇ ਦਿਖਾਉਂਗੀ। ਆਹ ਦੇਖੋ ਇਹਦੇ ਵਿੱਚ ਛੋਟੇ ਛੋਟੇ ਇੱਦਾਂ ਬੰਦੇਜ਼ ਨੇ, ਆਹ ਦੇਖੋ ਬਲੂ ਕਲਰ ਦੇ ਅਤੇ ਗ੍ਰੀਨ ਕਲਰ ਦੇ, ਅਤੇ ਇਹ ਦੁਪੱਟਾ ਇਹਦੇ ਨਾਲ ਵੀ ਕੈਰੀ ਹੋਊਗਾ। ਅਤੇ ਜਿਹੜਾ ਨੈਕਸਟ ਪ੍ਰਿੰਟ ਹੈ ਅਤੇ ਪਹਿਲਾ ਪ੍ਰਿੰਟ ਮੈਂ ਤੁਹਾਨੂੰ ਦਿਖਾਇਆ ਉਹ ਸੇਮ ਪ੍ਰਿੰਟ ਨੇ ਅਤੇ ਉਹ ਸਿਸਟਰਸ ਨੇ ਆਪਣੀਆਂ, ਅਤੇ ਇਸ ਕਰਕੇ ਉਹਨਾਂ ਨੇ ਸੇਮ ਪ੍ਰਿੰਟ ਉਹ ਯੂਜ਼ ਕੀਤਾ ਹੋਇਆ ਕਿ ਕਦੇ ਸ਼ਫਲ ਕਰਕੇ ਬੰਦਾ ਪਾ ਲੈਂਦਾ ਕਦੇ ਕਿਹੜਾ ਅਤੇ ਕਦੇ ਕਿਹੜਾ। ਅਤੇ ਆਹ ਦੇਖੋ ਇਹਦੇ 'ਤੇ ਕਰੋਸ਼ੀਆ ਲੈਸ ਲੱਗੀ ਹੋਈ ਹੈ ਅਤੇ ਕੋਟੇ ਦਾ ਖੁੱਲ੍ਹਾ ਡੁੱਲਾ ਦੁਪੱਟਾ ਆ ਅਤੇ ਬਹੁਤ ਪਿਆਰਾ ਲੱਗਦਾ। ਇੱਦਾਂ ਨਹੀਂ ਬਲੂ ਦੇ ਨਾਲ ਵੀ ਇਹ ਪੂਰਾ ਮੈਚ ਕਰ ਰਿਹਾ, ਅਤੇ ਆਹ ਗ੍ਰੀਨ ਜਿਹਾ ਜਿਹੜਾ ਨੀਚੇ ਆਪਾਂ ਇਹਦੇ ਨਾਲ ਕਲਰ ਮੈਚ ਕੀਤਾ ਇਹਦੇ ਨਾਲ ਵੀ ਪੂਰਾ ਕਰ ਰਿਹਾ ਇਹ, ਅਤੇ ਬਹੁਤ ਪਿਆਰੀ ਚੀਜ਼ ਬਣੀ ਹੋਈ ਆ, ਦੁਪੱਟਾ ਇੱਦਾਂ ਰੈਡੀ ਹੋਇਆ ਹੋਇਆ ਇਹਦਾ। ਆਹ ਦੇਖੋ ਤੁਸੀਂ ਵੀ ਇੱਦਾਂ ਦਾ ਸੇਮ ਜੇ ਕਰਵਾਉਣਾ ਚਾਹੋ ਤਾਂ ਤੁਸੀਂ ਕਰਵਾ ਸਕਦੇ ਹੋ। ਬਾਈ ਚਾਂਸ ਤੁਸੀਂ ਸਾਡੇ ਤੋਂ ਸਟਿਚਿੰਗ ਨਹੀਂ ਲੈਣੀ ਤਾਂ ਤੁਸੀਂ ਇਹ ਸਾਡੇ ਡਿਜ਼ਾਈਨ ਹੈ ਨਾ ਆਪਣੇ ਟੇਲਰ ਨੂੰ ਦਿਖਾ ਕੇ ਬਣਵਾ ਸਕਦੇ ਹੋ, ਅਤੇ ਤੁਸੀਂ ਸਿਰਫ ਸਾਡੇ ਤੋਂ ਪ੍ਰਿੰਟ ਲੈ ਸਕਦੇ ਹੋ। ਬਟ ਸਾਡੇ ਕੋਲ ਸੇਮ ਪ੍ਰਿੰਟ ਅਵੇਲੇਬਲ ਨਹੀਂ ਹੁੰਦੇ ਜੀ, ਜਿਹੜੇ ਸਾਡੇ ਕੋਲ ਅਵੇਲੇਬਲ ਹੁੰਦੇ ਉਹ ਅਸੀਂ ਵਟਸਐਪ 'ਤੇ ਜ਼ਰੂਰ ਸ਼ੇਅਰ ਕਰਦੇ ਹਾਂ। ਜਿਹੜਾ ਨੈਕਸਟ ਪ੍ਰਿੰਟ ਹੈ ਉਹ ਸੇਮ ਪ੍ਰਿੰਟ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ, ਉਹ ਸੇਮ ਪ੍ਰਿੰਟ ਹੈ ਬਟ ਇਹਦੀ ਜਿਹੜੀ ਡਿਜ਼ਾਈਨਿੰਗ ਹੈ ਉਹ ਅਸੀਂ ਥੋੜ੍ਹੀ ਜਿਹੀ ਚੇਂਜ ਕੀਤੀ ਆ। ਜਿਵੇਂ ਨੈਕ ਨੂੰ ਇੱਦਾਂ ਵੀ ਸ਼ੇਪ ਬਣਾ ਕੇ ਇੱਥੋਂ ਵੀ ਸ਼ੇਪ ਨਹੀਂ ਮੀਨਸ ਇੱਥੋਂ ਲਿਆ ਕੇ ਇੱਥੋਂ ਨੀਚੋਂ ਵੀ ਸ਼ੇਪ ਕਰਕੇ ਅਤੇ ਇੱਥੇ ਅਸੀਂ ਫਲਾਵਰ ਵਾਲੀ ਜਿਹੜੀ ਲੈਸ ਹੈ ਇੱਦਾਂ ਲਗਾਈ ਹੋਈ ਆ, ਅਤੇ ਇੱਥੇ ਉਹ ਸੇਮ ਲੈਸ ਕੀਤੀ ਹੋਈ ਹੈ ਜਿਹੜੀ ਐਡ ਵਾਲੀ ਕੀਤੀ ਹੋਈ ਆ। ਅਤੇ ਆਹ ਵਾਲੀ ਜਿਹੜੀ ਲੈਸ ਆ, ਆਹ ਦੇਖੋ ਫਲਾਵਰ ਵਾਲੀ ਸੇਮ ਲੈਸ ਜਿਹੜੀ ਉੱਥੇ ਲਗਾਈ ਆ ਉਹੀ ਸੇਮ ਆਪਾਂ ਇੱਥੇ ਲਗਾ ਦਿੱਤੀ। ਆਹ ਦੇਖੋ ਬਾਹਾਂ 'ਤੇ ਵੀ ਇੱਦਾਂ ਹੀ ਕੀਤੀ ਹੋਈ ਆ। ਇਹਨੂੰ ਥੋੜ੍ਹਾ ਜਿਹਾ ਸਿੰਪਲ ਰੱਖਿਆ ਹੈ, ਉਹਦੇ 'ਤੇ ਥੋੜ੍ਹੀਆਂ ਜਿਹੀਆਂ ਜ਼ਿਆਦਾ ਲੇਸਿਸ ਯੂਜ਼ ਕੀਤੀਆਂ ਕਿਉਂਕਿ ਇੱਕ ਹੀ ਕਸਟਮਰ ਦਾ, ਤਾਂ ਅਸੀਂ ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਨਹੀਂ ਸੀ ਬਣਾਉਣਾ ਚਾਹੁੰਦੇ, ਕੁਝ ਸਿੰਪਲ ਅਤੇ ਸੋਬਰ ਵੀ ਰੱਖਣਾ ਚਾਹੁੰਦੇ ਸੀ, ਇਸ ਕਰਕੇ ਜੀ ਅਸੀਂ ਇਹਨੂੰ ਇੰਨਾ ਕੁ ਡਿਜ਼ਾਈਨ ਕੀਤਾ ਹੋਇਆ। ਅਤੇ ਇਹਦੇ ਚੌਕ ਘੇਰੇ 'ਤੇ ਅਸੀਂ ਇੱਦਾਂ ਲੈਸ ਲਗਾਈ ਹੋਈ ਆ। ਇਹਦੇ ਫਰੰਟ ਬੈਕ 'ਤੇ ਆ, ਇਹਦੇ ਫਰੰਟ ਬੈਕ 'ਤੇ ਇੱਦਾਂ ਸੇਮ ਲੈਸ ਲੱਗੀ ਹੋਈ ਹੈ ਜਿਹੜੀਆਂ ਅਸੀਂ ਬਾਜੂ 'ਤੇ ਅਤੇ ਨੈੱਕ 'ਤੇ ਯੂਜ਼ ਕੀਤੀ ਹੋਈ ਹੈ, ਜਿਹੜੀ ਕਿ ਬਹੁਤ ਪਿਆਰੀ ਲੱਗਦੀ ਹੈ। ਇੱਦਾਂ ਦੇ ਪ੍ਰਿੰਟ ਜੀ ਗਰਮੀਆਂ ਦੇ ਵਿੱਚ ਪਾਏ ਬੜੇ ਪਿਆਰੇ ਲੱਗਦੇ ਆ। ਬਾਕੀ ਜਿਹੜੇ ਇਹ ਪ੍ਰਿੰਟ ਹੁੰਦੇ ਨੇ ਕੋਟਨ ਦੇ, ਇਹ ਆਪਾਂ ਗਰਮੀਆਂ ਦੇ ਵਿੱਚ ਹੀ ਵੇਅਰ ਕਰ ਸਕਦੇ ਹਾਂ। ਜਿਹੜੀ ਜੋਰਜਟ ਹੁੰਦੀ ਹੈ ਨਾ ਉਹ ਆਪਾਂ ਦੋਨੇ ਟਾਈਮ ਵੇਅਰ ਕਰ ਸਕਦੇ ਹੋ, ਸਰਦੀਆਂ 'ਚ ਵੀ ਵੇਅਰ ਹੋ ਜਾਂਦੀ ਹੈ, ਗਰਮੀਆਂ 'ਚ ਵੀ ਹੋ ਜਾਂਦੀ ਹੈ। ਬਸ ਇਹ ਹੈ ਕਿ ਉਹਦੇ ਨੀਚੇ ਲਾਈਨਿੰਗ ਲੱਗਦੀ ਹੈ, ਉਹ ਤੁਸੀਂ ਕੋਟਨ ਦੀ ਲਗਵਾ ਕੇ ਉਹਨੂੰ ਰੈਡੀ ਕਰਵਾ ਸਕਦੇ ਹੋ।
ਤੇ ਆ ਦੇਖੋ ਸੇਮ ਉਹੀ ਇੱਕ ਹੀ ਜਿਹੜਾ ਆਪਾਂ ਬੋਟਮ ਰੈਡੀ ਕੀਤਾ ਹੋਇਆ ਉਹ ਇੱਕ ਹੀ ਆਪਾਂ ਬੋਟਮ ਰੈਡੀ ਕੀਤਾ ਹੋਇਆ ਤੇ ਆ ਦੁਪੱਟਾ ਮੈਂ ਤੁਹਾਨੂੰ ਫੇਰ ਇਹਦੇ ਨਾਲ ਵੀ ਕਰਕੇ ਦਿਖਾਉਂਦੀ ਆ ਕਿ ਜਿਵੇਂ ਉਹਨਾਂ ਨੇ ਇੱਕ ਹੀ ਦੁਪੱਟਾ ਰੈਡੀ ਕਰਵਾਇਆ ਦੋ ਕਮੀਜ਼ ਦੇ ਨਾਲ, ਇੱਕ ਤਾਂ ਉਹ ਗ੍ਰੀਨ ਜੇ ਦੇ ਨਾਲ ਇੱਕ ਇਹਦੇ ਨਾਲ, ਤਾਂ ਉਹ ਇੰਨਾ ਔਕਵਰਡ ਨਹੀਂ ਲੱਗਦਾ ਜੇ ਆਪਾਂ ਨੂੰ ਲੱਗੇ ਨਾ ਵੀ ਇੱਥੇ ਨੀਚੇ ਗ੍ਰੀਨ ਆ ਤੇ ਉਹ ਇੰਨਾ ਨਹੀਂ ਬੁਰਾ ਲੱਗਦਾ। ਤੁਸੀਂ ਦੋਨਾਂ ਨਾਲ ਇਹਨੂੰ ਕੈਰੀ ਕਰ ਸਕਦੇ ਹੋ। ਦੇਖੋ ਤਾਂ ਹੀ ਅਸੀਂ ਫਰੰਟ ਜਿਹੜਾ ਇਹਦਾ ਸੈਂਟਰ ਰੱਖਿਆ ਆ ਉਹ ਅਸੀਂ ਦੋਨੇ ਕਲਰ ਦਾ ਰੱਖਿਆ ਕਿ ਜਦੋਂ ਉੱਪਰ ਲੈਣ ਦੁਪੱਟਾ ਤੇ ਇੱਦਾਂ ਨਾ ਲੱਗੇ, ਤੇ ਇੱਕ ਸਾਈਡ ਅਸੀਂ ਪੂਰੀ ਇੱਦਾਂ ਕੀਤੀ ਹੈ, ਬਲੂ ਕੀਤੀ ਹੋਈ ਆ ਕਿ ਇੱਧਰਲੀ ਸਾਈਡ ਉਸ ਸੂਟ ਦੀ ਰੰਗ ਦਾ ਕੀਤਾ ਹੋਇਆ ਬਿਲਕੁਲ ਜਿਹੜਾ ਬਲੂ ਜਿਹਾ ਕਲਰ ਹੈ, ਅਤੇ ਇੱਕ ਸਾਈਡ ਅਸੀਂ ਕੀਤੀ ਹੋਈ ਆ ਉਹ ਗ੍ਰੀਨ ਜਿਹੇ ਕਲਰ ਦੀ, ਜਿਹੜਾ ਉਹ ਗ੍ਰੀਨ ਜਿਹਾ ਕੁੜਤਾ ਆ ਉਹਨਾਂ ਦਾ ਉਹਦੇ ਨਾਲ ਦੀ, ਕਿ ਦੋਨੋਂ ਹੀ ਕੈਰੀ ਹੋ ਜਾਣ। ਅਤੇ ਬਹੁਤ ਪਿਆਰੀ ਚੀਜ਼ ਬਣਦੀ ਹੈ ਜੀ ਇੱਦਾਂ, ਕਿ ਆਪਣਾ ਇੱਦਾਂ ਹੁੰਦਾ ਸੇਵਿੰਗ ਵੀ ਹੋ ਜਾਂਦੀ ਆ, ਕਿ ਆਪਾਂ ਨੂੰ ਇਹ ਵੀ ਨਹੀਂ ਕਿ ਆਪਾਂ ਨੂੰ ਹਰ ਇੱਕ ਚੀਜ਼ ਨਾਲ ਕੁਛ ਨਵਾਂ ਦੁਪੱਟਾ ਲੈਣਾ ਪਵੇ ਜਾਂ ਨਵੀਂ ਬੋਟਮ ਲੈਣੀ ਪਵੇ। ਇੱਕ ਬੋਟਮ ਦੇ ਨਾਲ ਆਪਣੀਆਂ ਤਿੰਨ ਚੀਜ਼ਾਂ ਤਿਆਰ ਹੋ ਗਈਆਂ, ਤਿੰਨ ਕੁੜਤਿਆਂ ਦੇ ਨਾਲ ਇੱਕ ਬੋਟਮ ਆ ਅਤੇ ਦੋ ਦੁਪੱਟੇ ਆ। ਅਤੇ ਤੁਸੀਂ ਵੀ ਇੱਦਾਂ ਦੀ ਸੇਮ ਚੀਜ਼ ਰੈਡੀ ਕਰਵਾਉਣਾ ਚਾਹੋ ਤਾਂ ਤੁਸੀਂ ਕਰਵਾ ਸਕਦੇ ਹੋ। ਹਾਂਜੀ, ਇਸ ਵੀਡੀਓ ਦਾ ਜਿਹੜਾ ਲਾਸਟ ਸੂਟ ਹੈ ਜੀ ਇਹਦਾ ਜੋਰਜਟ ਪ੍ਰਿੰਟ ਦਾ ਗ੍ਰੀਨ ਕਲਰ ਦੇ ਵਿੱਚ ਹੈ ਜੀ, ਇਹ ਬੋਟਲ ਗ੍ਰੀਨ ਕਲਰ ਦੇ ਵਿੱਚ, ਅਤੇ ਇਹਦੇ ਨਾਲ ਜਿਹੜੀ ਬੋਟਮ ਹੈ ਉਹ ਪੀਚ ਕਲਰ ਦੀ ਹੈ। ਇਹ ਵੀ ਉਸੇ ਕਸਟਮਰ ਦਾ ਹੀ ਸੂਟ ਹੈ, ਉਹਨਾਂ ਨੇ ਸਟਿਚਿੰਗ ਨਹੀਂ ਕਰਵਾਇਆ। ਇਹ ਹੈਗਾ ਪਲੇਨ, ਉਹ ਇੱਥੇ ਲੇਸਿਸ ਦੇ ਨਾਲ ਇਹਨੂੰ ਡਿਜ਼ਾਈਨ ਕਰਵਾ ਸਕਦੇ ਹੋ, ਜਿਵੇਂ ਮਰਜ਼ੀ ਇਹਨੂੰ ਸਟਿਚਿੰਗ ਲੈ ਸਕਦੇ ਆ। ਅਤੇ ਇਹਦੀ ਅਸੀਂ ਬੋਟਮ ਦੇ ਉੱਤੇ ਇੱਦਾਂ ਵਰਕ ਕੀਤਾ ਜੀ ਮਸ਼ੀਨ ਦੇ ਨਾਲ, ਇੱਦਾਂ ਛੋਟਾ ਛੋਟਾ ਇੱਦਾਂ ਵਰਕ ਕੀਤਾ ਹੋਇਆ। ਦੇਖੋ ਦੋਨੋਂ ਮੀਨਸ ਬੋਟਮ 'ਤੇ ਦੋਨੋਂ ਸਾਈਡ 'ਤੇ ਆਊਗਾ ਇਹ। ਇਹ ਸਟੇਟ ਸਲਵਾਰ ਵੀ ਬਣ ਸਕਦੀ ਹੈ, ਪਲਾਜ਼ੋ ਵੀ ਬਣ ਸਕਦਾ, ਜੋ ਉਹਨਾਂ ਦਾ ਮਨ ਕਰੂਗਾ ਜੀ ਉਹ ਸਟਿਚਿੰਗ ਲੈ ਲੈਣਗੇ। ਅਤੇ ਪੀਚ ਕਲਰ ਇਹਦੇ ਨਾਲ ਬਣਿਆ ਹੋਇਆ ਅਤੇ ਫਿਓਨਾ ਜੋਰਜਟ ਆ। ਇਹਦੀ ਇੱਕ ਖਾਸੀਅਤ ਹੁੰਦੀ ਹੈ ਜੀ, ਇਸ ਜੋਰਜਟ ਦੀ ਇਹ ਸ਼ਰਿੰਕ ਨਹੀਂ ਹੁੰਦੀ ਜਿਵੇਂ ਜਿਹੜੇ ਵਿਸਕੋਸ ਜੋਰਜਟ ਹੁੰਦੀ ਹੈ ਨਾ, ਉਹ ਜਦੋਂ ਆਪਾਂ ਵਾਸ਼ ਕਰਦੇ ਹੋ ਜਾਂਦੀ ਹੈ ਜੀ ਸ਼ਰਿੰਕ, ਪਰ ਉਹ ਬੈਕ ਟੂ ਨੋਰਮਲ ਆ ਜਾਂਦੀ ਹੈ ਜਦੋਂ ਆਪਾਂ ਨੂੰ ਵੀਅਰ ਕਰਦੇ ਹਾਂ। ਅਤੇ ਇਹ ਸ਼ਰਿੰਕ ਨਹੀਂ ਹੁੰਦੀ, ਇਹ ਐਜ਼ ਇਟ ਇਜ਼ ਹੀ ਰਹਿੰਦੀ ਆ, ਤੁਸੀਂ ਇਹਨੂੰ ਜਿਵੇਂ ਮਰਜ਼ੀ ਵਾਸ਼ ਕਰ ਸਕਦੇ ਹੋ। ਬੋਟਮ ਦੇ ਉੱਤੇ ਅਸੀਂ ਇੱਦਾਂ ਡਿਜ਼ਾਈਨ ਕੀਤਾ ਹੋਇਆ ਕਿ ਸਿੰਪਲ ਨਾ ਲੱਗੇ ਮਸ਼ੀਨ ਵਰਕ ਦੇ ਨਾਲ। ਅਤੇ ਜਿਹੜਾ ਇਹਦਾ ਦੁਪੱਟਾ ਰੈਡੀ ਕਰਵਾਇਆ ਹੋਇਆ ਉਹਨਾਂ ਨੇ, ਦੁਪੱਟਾ ਅਸੀਂ ਇੱਦਾਂ ਡਿਜ਼ਾਈਨ ਕੀਤਾ ਹੋਇਆ ਔਰਗੈਂਜ਼ੇ ਦਾ ਦੁਪੱਟਾ ਆ, ਅਤੇ ਦੁਪੱਟੇ ਦੇ ਉੱਤੇ ਅਸੀਂ ਪੇਂਟ ਕਰਾਇਆ ਚਾਰੋਂ ਤਰਫ। ਆ ਦੇਖੋ ਵਿੱਚੋਂ ਇਹ ਪਲੇਨ ਹੈ ਅਤੇ ਚਾਰੋਂ ਸਾਈਡਸ ਦੇ ਉੱਤੇ ਇੱਦਾਂ ਪੇਂਟ ਦੇ ਨਾਲ ਅਸੀਂ ਇੱਦਾਂ ਵੇਲ ਪਾਈ ਹੋਈ ਆ। ਦੇਖੋ ਬਹੁਤ ਪਿਆਰੀ ਲੱਗਦੀ ਹੈ, ਜੇ ਇੱਦਾਂ ਦਾ ਕੁਛ ਡਿਜ਼ਾਈਨ ਕਰਵਾਉਣਾ ਚਾਹੋ ਤਾਂ ਤੁਸੀਂ ਕਰਵਾ ਸਕਦੇ ਹੋ ਸਾਡੇ ਤੋਂ ਜੋਰਜਟ ਦਾ ਪ੍ਰਿੰਟ ਲੈ ਕੇ। ਆ ਦੇਖੋ ਇੱਦਾਂ ਇਹਦੇ 'ਤੇ ਚਾਰੋਂ ਤਰਫ ਪੇਂਟ ਕਰਵਾ ਕੇ ਬਹੁਤ ਪਿਆਰੀ ਚੀਜ਼ ਲੱਗਦੀ। ਮਸ਼ੀਨ ਵਰਕ ਨਾਲ ਵੀ ਕਰ ਸਕਦੇ ਹਾਂ, ਬਟ ਥੋੜ੍ਹਾ ਜਿਹਾ ਹੈਵੀ ਹੋ ਜਾਂਦਾ ਦੁਪੱਟਾ ਉਹਦੇ ਨਾਲ, ਇਸ ਕਰਕੇ ਅਸੀਂ ਕ੍ਰੀਏਸ਼ਨ ਥੋੜ੍ਹੀ ਜਿਹੀ ਡਿਫਰੈਂਟ ਕੀਤੀ ਆ ਕਿ ਸਲਵਾਰ ਦੇ ਉੱਤੇ ਵਰਕ ਕਰਤਾ ਅਤੇ ਇਹਦੇ ਉੱਤੇ ਪੇਂਟ ਕਰਤਾ, ਅਤੇ ਇੱਦਾਂ ਛੋਟੀ ਛੋਟੀ ਆ ਦੇਖੋ ਬਰੀਕ ਗ੍ਰੀਨ ਕਲਰ ਦੀ ਇੱਦਾਂ ਕੋਟਨ ਦੀ ਜਿਹੜੀ ਆ ਲੈਸ ਯੂਜ਼ ਕਰ ਲਿੱਤੀ, ਅਤੇ ਚਾਰੋਂ ਤਰਫ 'ਤੇ ਇੱਦਾਂ ਕਰਾ ਲਿਆ। ਤੁਸੀਂ ਸੈਂਟਰ ਦੇ ਵਿੱਚ ਫਲਾਵਰ ਵੀ ਪਵਾ ਸਕਦੇ ਹੋ, ਪਰ ਫਿਰ ਜ਼ਿਆਦਾ ਜਿਹਾ ਹੋ ਜਾਣਾ ਸੀ ਇਸ ਕਰਕੇ ਜੇ ਸੈਂਟਰ ਪਲੇਨ ਰੱਖਿਆ, ਅਤੇ ਸਾਈਡਾਂ 'ਤੇ ਚਾਰੋਂ ਤਰਫ 'ਤੇ ਅਸੀਂ ਇੱਦਾਂ ਪੇਂਟ ਕੀਤਾ ਹੋਇਆ ਦੁਪੱਟਾ ਆ। ਅਤੇ ਔਰਗੈਂਜ਼ੇ ਦਾ ਦੁਪੱਟਾ ਜੀ, ਸਾਡੇ ਕੋਲ ਪ੍ਰਿੰਟ ਥੋੜ੍ਹੇ ਬਹੁਤ ਇਹਦੇ ਅਵੇਲੇਬਲ ਹੈਗੇ ਨੇ, ਸੇਮ ਪ੍ਰਿੰਟ ਨਹੀਂ ਹੈਗੇ ਬਟ ਕੁਛ ਡਿਫਰੈਂਟ ਪ੍ਰਿੰਟ ਨੇ ਅਵੇਲੇਬਲ ਨੇ ਜੀ। ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ, ਜਿਹੜਾ ਸਾਡਾ ਨੰਬਰ ਹੈ ਨਾ ਆਲਵੇਜ਼ ਸਕਰੀਨ ਦੇ ਉੱਤੇ ਪਿੰਨ ਹੁੰਦਾ ਆ, ਤੁਸੀਂ ਉੱਥੋਂ ਜਾ ਕੇ ਪਿੱਕ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਅਤੇ ਅਸੀਂ ਤੁਹਾਨੂੰ ਫੋਟੋ ਸ਼ੇਅਰ ਕਰ ਦਾਂਗੇ। ਹਾਂਜੀ, ਇਹ ਸੀਗੇ ਕੋਟਨ ਦੇ ਕੁਛ ਡਿਜ਼ਾਈਨ ਜਿਹੜੇ ਅਸੀਂ ਸੋਹਣੇ ਸੋਹਣੇ ਡਿਜ਼ਾਈਨ ਕੀਤੇ ਹੋਏ ਨੇ ਲੇਸਿਸ ਦੇ ਨਾਲ। ਬਾਕੀ ਜੇ ਤੁਸੀਂ ਵੀ ਸੇਮ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਮਸ਼ੀਨ ਐਮਬਰਾਇਡਰੀ ਜਾਂ ਕੋਈ ਹੈਂਡ ਐਮਬਰਾਇਡਰੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਬਾਕੀ ਤੁਸੀਂ ਆਪਣਾ ਕੋਈ ਸਟੱਫ ਭੇਜ ਕੇ ਵੀ ਕੁਛ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ। ਜੇ ਤੁਸੀਂ ਕੁਛ ਹੋਰ ਡਿਜ਼ਾਈਨਿੰਗ ਦੀਆਂ ਆਈਡੀਆ ਸਾਡੇ ਤੋਂ ਲੈਣੇ, ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਸਾਡਾ ਨੰਬਰ ਆਲਵੇਜ਼ ਸਕਰੀਨ ਦੇ ਉੱਤੇ ਪਿੰਨ ਹੁੰਦਾ ਆ, ਤੁਸੀਂ ਉੱਥੇ ਜਾ ਕੇ ਪਿੱਕ ਕਰ ਸਕਦੇ ਹੋ ਅਤੇ ਸਾਡੇ ਨਾਲ ਗੱਲ ਕਰ ਸਕਦੇ ਹੋ। ਅਤੇ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਸਾਡੇ ਕੁਛ ਡਿਜ਼ਾਈਨ ਵਧੀਆ ਲੱਗੇ ਹੋਣਗੇ। ਵਧੀਆ ਲੱਗੇ ਤਾਂ ਪਲੀਜ਼ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਐਂਡ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ। ਸਤਿ ਸ਼੍ਰੀ ਅਕਾਲ।